ਡਿਊਟੀ ਦੌਰਾਨ ਕਰਮਚਾਰੀ ਤੇ ਟੁੱਟ ਕੇ ਪਏ ਲੁਟੇਰੇ। ਤੇਜ਼ਧਾਰ ਹਥਿਆਰਾਂ ਨਾਲ ਲੁਟੇਰਿਆਂ ਨੇ ਵੱਢਤਾ ਕੰਨ। ਤਾਂ ਦੱਸ ਦਈਏ ਕਿ ਡਿਊਟੀ ਦੌਰਾਨ ਇੱਕ ਕਰਮਚਾਰੀ ਤੇ ਕੁਝ ਲੁਟੇਰਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ, ਜਿਸ ਦੇ ਵਿੱਚ ਲੁਟੇਰੇ ਇਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਨੇ ਤੇ ਇਸ ਦਾ ਕੰਨ ਵੱਢ ਦਿੰਦੇ ਨੇ। ਇਸ ਤੋਂ ਬਾਅਦ ਮੌਕੇ ਤੇ ਉਸਦੀ ਸਕੂਟੀ, ਪਰਸ ਅਤੇ ਮੋਬਾਈਲ ਫੋਨ ਚੁੱਕ ਕੇ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ, ਜਿੱਥੇ ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ। ਤਾਂ ਬੀਤੀ ਰਾਤ ਸੀਵਰੇਜ ਬੋਰਡ ਦਾ ਮੁਲਾਜ਼ਮ ਜੋ ਕਿ ਡਿਊਟੀ 'ਤੇ ਆਇਆ ਹੋਇਆ ਸੀ, ਤਾਂ ਕੁਝ ਲੁਟੇਰੇ ਪਹਿਲਾਂ ਤਾਂ ਸ਼ੀਸ਼ਾ ਤੋੜ ਕੇ ਅੰਦਰ ਵੜਦੇ ਨੇ, ਤਾਂ ਫਿਰ ਇਸ ਕਰਮਚਾਰੀ ਦੇ ਉੱਤੇ ਇਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਤਾਂ ਤੇਜ਼ਧਾਰ ਹਥਿਆਰਾਂ ਦੇ ਨਾਲ ਉਸਦਾ ਕੰਨ ਵੜ ਦਿੱਤਾ ਗਿਆ ਅਤੇ ਜਵਾੜੇ 'ਤੇ ਵੀ ਸੱਟਾਂ ਲੱਗਦੀਆਂ ਨੇ ਅਤੇ ਬਾਂਹ ਵੀ ਉਸਦੀ ਤੋੜ ਦਿੱਤੀ ਜਾਂਦੀ ਹੈ। ਤਾਂ ਫਿਰ ਮੌਕੇ 'ਤੇ ਉਹ ਉਸਦੀ ਸਕੂਟੀ, ਪਰਸ ਸਮੇਤ ਮੋਬਾਈਲ ਚੁੱਕ ਕੇ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਇਸ ਕਰਮਚਾਰੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਸੰਬੰਧੀ ਫਿਰ ਸੂਚਨਾ ਪੁਲਿਸ ਨੂੰ ਲੱਗਦੀ ਹੈ ਅਤੇ ਪੁਲਿਸ ਦੇ ਵੱਲੋਂ ਹੁਣ ਪੀੜਿਤ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਮੈਂ ਇਹਨਾਂ ਦੀ ਵਾਈਫ ਹਾਂ ਅਤੇ ਇਹ 5 ਨੰਬਰ ਡਿਊਟੀ, ਰਾਤ ਦੀ ਡਿਊਟੀ ਹੁੰਦੀ ਇਹਨਾਂ ਦੀ। ਸਾਡੇ ਕੋਲ ਤਕਰੀਬਨ 1:30 ਫੋਨ ਆਇਆ ਸੀ ਵੀ ਇਹਨਾਂ ਇਸ ਤਰ੍ਹਾਂ ਕਰਕੇ ਵੀ ਇਹਨਾਂ 'ਤੇ ਹਮਲਾ ਹੋਇਆ ਹੈਗਾ, ਅਤੇ ਉਹਦੇ ਵਿੱਚ ਹਸਪਤਾਲ ਆ ਕੇ ਪਤਾ ਲੱਗਿਆ ਵੀ ਇਹਨਾਂ ਦੇ ਕੰਨ 'ਤੇ ਕਾਫੀ ਸੱਟਾਂ ਵੱਜੀਆਂ ਨੇ, ਬਾਂਹ 'ਤੇ, ਕੰਨ 'ਤੇ ਵੀ, ਹੋਰ ਵੀ ਕਾਫੀ ਗੁੱਝੀਆਂ ਸੱਟਾਂ ਨੇਗੀਆਂ ਇਹਨਾਂ 'ਤੇ। ਅਤੇ ਬਾਕੀ ਜੋ ਸਮਾਨ ਸੀਗਾ ਉੱਥੇ ਇਹਨਾਂ ਕੋਲ ਸਕੂਟਰੀ ਸੀਗੀ, ਹੋਰ ਮੋਬਾਈਲ ਸੀਗਾ, ਉਹ ਪਰਸ ਦੇ ਵਿੱਚ ਜੋ ਡਾਕੂਮੈਂਟ ਸੀਗੇ ਉਹ ਸਾਰੇ ਵੀ ਉਹ ਲੈ ਗਏ। ਇਹਦੇ ਵਿੱਚ ਇਹ ਵੀ ਅੱਜ ਕੱਲ੍ਹ ਦਾ ਜਿਹੜਾ ਆਮ ਨਾਗਰਿਕ ਆ ਉਹ ਸੁਰੱਖਿਅਤ ਨਹੀਂ ਹੈਗਾ ਵੀ ਜਦੋਂ ਕੋਲ ਦਫ਼ਤਰ ਹੋ ਕੇ ਚੋਰੀ ਵਾਰਦਾਤ ਕਰ ਸਕਦੇ ਨੇ, ਤਾਂ ਤੁਸੀਂ ਇਹ ਸੋਚੋ ਵੀ ਆਮ ਲੋਕਾਂ ਦਾ ਕੀ ਹਾਲ ਹੋਏਗਾ। ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਅਤੇ ਉਹਨਾਂ ਚੋਰਾਂ ਨੂੰ ਵੱਧ ਤੋਂ ਜਲਦੀ ਜਲਦੀ ਫੜਿਆ ਜਾਵੇ। ਮੈਂ ਦਰਸ਼ਨ ਚੀਮਾ ਜੀ, ਪ੍ਰਧਾਨ ਪੰਜਾਬ ਸੁਆਰਡੀਨੇਟਰ ਫੈਡਰੇਸ਼ਨ, ਜ਼ਿਲ੍ਹਾ ਬਰਨਾਲਾ। ਘਟਨਾ ਜੀ, ਰਾਤ ਸਾਡਾ ਸੀਵਰੇਜ ਬੋਰਡ ਦਾ ਮੁਲਾਜ਼ਮ ਹੈ, ਸਾਥੀ ਸਾਡਾ ਡਿਊਟੀ 'ਤੇ ਸੀਗਾ ਇਹ ਆਪਦੀ 'ਤੇ, ਉੱਥੇ ਕੋਈ ਗੁੰਡੇ ਅੰਸਰ ਆਏ ਜੀ, ਉਹ ਸ਼ੀਸ਼ਾ ਭੰਨ ਕੇ ਅੰਦਰ ਵੜੇ, ਇਹਦੇ ਚੈਂਬਰ ਦੇ ਅੰਦਰ ਭੰਨ ਜਾ ਕੇ ਉਹਨਾਂ ਨੇ ਭੰਨ ਤੋੜ ਕਰਕੇ ਅਤੇ ਇਹਦੇ ਮੋਬਾਈਲ ਖੋਲ੍ਹਿਆ ਤੋਂ, ਇਹਦੀ ਸਕੂਟਰੀ ਚੱਕ ਲਿਆ ਅਤੇ ਬਹੁਤ ਸੱਟਾਂ ਮਾਰੀਆਂ ਜੀ ਇਹਦੇ। ਜਾਣੀ ਹਾਲਤ ਇਸ ਤਰ੍ਹਾਂ ਦੀ ਹੈ ਵੀ ਬਹੁਤ ਨਾਜ਼ੁਕ ਹਾਲਤ ਹੈ, ਕੰਨ ਵੜਤਾ, ਜਵਾੜੇ ਦੇ ਉੱਤੇ ਸੱਟ ਹੈ ਜੀ, ਬਹੁਤ ਜ਼ਿਆਦਾ ਬਾਂਹ ਟੁੱਟ ਗਈ, ਬਹੁਤ ਜਣ ਦੀ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਕ੍ਰਿਟੀਕਲ ਉਹ ਹੋਈ ਪਈ ਹੈ ਹਾਲਤ, ਅਤੇ ਉਹ ਜਿਹੜੇ ਅੰਸਰ ਨੇ ਉਹਨਾਂ ਦਾ ਵੀ ਕੋਈ ਪਤਾ ਨਹੀਂ, ਅਤੇ ਉਸ ਤੋਂ ਜਿਹੜੀ ਜਿਹੜਾ ਕੁਛ ਉੱਥੇ ਹੋ ਗਿਆ ਹੋ ਗਿਆ, ਪਰ ਸਾਨੂੰ ਇਹ ਵੀ ਪਤਾ ਲੱਗਿਆ ਵੀ ਉਹ ਬੰਦਾ, ਇੱਕ ਬੰਦਾ ਕੋਈ ਗੁੰਡਾ ਅੰਸਰ ਹੈ, ਉਹ ਇਹਨੂੰ ਆ ਕੇ ਕਹਿੰਦਾ ਇੱਕ ਦਿਨ ਪਹਿਲਾਂ ਵੀ ਮੈਨੂੰ ਫਲਾਨੇ ਬੰਦੇ ਨੇ ਭੇਜਿਆ, ਉਹਨੇ ਕਿਸੇ ਦਾ ਨਾਂ ਵੀ ਲੈਂਦਾ ਉਹ ਦਫ਼ਤਰੋਂ ਵੀ ਮੈਨੂੰ ਉਸ ਬੰਦੇ ਨੇ ਭੇਜਿਆ, ਪਰ ਜੇ ਉਹਨੇ ਜੇ ਉਸਨੇ ਉਹ ਭੇਜ ਕੇ ਉਹਦੀ ਜ਼ਿੰਮੇਵਾਰੀ ਨਹੀਂ ਲੈਂਦਾ ਤਾਂ ਬਹੁਤ ਮਾੜੀ ਗੱਲ ਆ, ਉਹ ਬੰਦੇ ਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਜਿਹੜੇ ਬੰਦੇ ਨੇ ਉਹ ਭੇਜਿਆ, ਬੇਸ਼ੱਕ ਉਹ ਹੁਣ ਮੁੱਕਰ ਰਿਹਾ। ਪਰ ਇੱਥੇ ਹੋਰ ਵੀ ਗੱਲ ਜਿਹੜੀ ਸੋਚਣ ਵਾਲੀ ਹੈ ਵੀ ਹੁਣ ਤੱਕ ਰਾਤ ਦੀ ਇਹ ਘੱਟੋ ਘੱਟ 12-1 ਵਜੇ ਦੀ ਘਟਨਾ, ਇਹ 3 ਵਜੇ ਇਹ ਬੰਦੇ ਦਾ ਆਪ ਇਹ ਡਿੱਗ ਪਿਆ ਉੱਥੇ, ਡਿੱਗ ਕੇ ਉਸ ਤੋਂ ਬਾਅਦ ਇਹ ਜਦੋਂ ਇਹਨੂੰ ਆਪ ਹੋਸ਼ ਆਈ, ਬੇਟਾ ਇਹਦੀ ਜਾਨ ਵੀ ਜਾ ਸਕਦੀ ਸੀ, ਜਾਣੀ ਇਸ ਤਰ੍ਹਾਂ ਦੀ ਸਥਿਤੀ ਸੀਗੀ, ਹੁਣ ਵੀ ਇੱਥੋਂ ਰੈਫਰ ਕਰਦੇ ਨੇ ਡਾਕਟਰ ਸਾਹਿਬ, ਇਹ ਇਸ ਤਰ੍ਹਾਂ ਦੀ ਸਥਿਤੀ ਸੀ ਵੀ ਉਹਦੀ ਜਾਨ ਵੀ ਜਾ ਸਕਦੀ ਸੀ, ਪਰ ਇਹ ਆਪ ਉੱਠ ਕੇ ਹਿੰਮਤ ਕਰਕੇ ਇਹ ਸਾਡੇ ਦੂਸਰੇ 3 ਨੰਬਰ ਟਿਊਬਲ 'ਤੇ ਆਇਆ, ਉਹ ਮਾਲੀ ਨੇ ਵਿਚਾਰੇ ਨੇ ਸਾਂਭਿਆ, ਇਹਨੂੰ ਸਾਂਭ ਕੇ ਅਤੇ ਹਸਪਤਾਲ ਦਾਖਲ ਕਰਾਇਆ, ਸਾਰਿਆਂ ਨੂੰ ਰਾਤ ਨੂੰ ਫੋਨ ਕਰਤੇ, ਸਾਰੀ ਅਫਸਰ ਸ਼ਾਹੀ ਨੂੰ ਕਰਤੇ, ਸਾਰੇ ਜਿਹੜੇ ਹੈਗੇ ਕੰਪਨੀ ਵਾਲਿਆਂ ਨੂੰ, ਪ੍ਰਬੰਧਕਾਂ ਨੂੰ ਸਾਰਿਆਂ ਨੂੰ ਕਰਤੇ, ਪਰ ਕਿਸੇ ਨੇ ਵੀ ਹੁਣ ਤੱਕ ਜਿਹੜਾ ਹੈਗਾ ਕਿਸੇ ਨੇ ਵੀ ਹੁਣ ਤੱਕ ਇੱਥੇ ਆ ਕੇ ਪਤਾ ਨਹੀਂ ਲਿੱਤਾ। ਇਸ ਗੱਲ ਦਾ ਵੀ ਜਿਹੜਾ ਸਾਨੂੰ ਹੈਗਾ ਕਿਤੇ ਨਾ ਕਿਤੇ ਗਿਲਾ, ਕਿਉਂਕਿ ਇਹ ਦਫ਼ਤਰ ਹੈ ਜਿਹੜਾ, ਇਹ ਦਫ਼ਤਰ ਸਾਡੇ ਵਰਕਰਾਂ ਨੂੰ ਇੱਕ ਨਪੀੜ ਕੇ ਇੱਕ ਇਸ ਤਰ੍ਹਾਂ ਉਹਨਾਂ ਤੋਂ ਕੰਮ ਲੈਂਦਾ ਜਿਵੇਂ ਇਹਨਾਂ ਦੇ ਕੋਈ ਪਰਸਨਲ ਨੌਕਰ ਹੁੰਦੇ ਆ, ਜਿਵੇਂ ਜੇਲ੍ਹ ਤੋਂ ਤਨਖਾਹ ਦਿੰਦੇ ਹੁੰਦੇ ਆ, ਹਾਲਾਂਕਿ ਸਰਕਾਰ ਦੇ ਕੰਮ ਨੇ, ਸਰਕਾਰ ਦੇ ਨੇ ਲੈਣੇ ਆ ਕੰਮ ਸਾਥੋਂ, ਅਸੀਂ ਕੰਮ ਕਰਦੇ ਹਾਂ, ਡਿਊਟੀ ਕਰਦੇ ਹਾਂ, ਉਹਦੀ ਤਨਖਾਹ ਲੈਂਦੇ ਹਾਂ, ਪਰ ਇਹਨਾਂ ਦੀ ਜਿਹੜੀ ਸੋਚ ਹੈ ਸਾਡੇ ਪ੍ਰਤੀ, ਵਰਕਰਾਂ ਪ੍ਰਤੀ, ਉਹ ਬਹੁਤ ਮਾੜੀ ਹੈ। ਅਤੇ ਇੱਥੇ ਵੀ ਅਸੀਂ ਕਿਤੇ ਨਾ ਕਿਤੇ ਇਹ ਸਮਝਦੇ ਹਾਂ ਵੀ ਇਹਨਾਂ ਦਾ ਕਿਤੇ ਨਾ ਕਿਤੇ ਜਿਹੜੀਆਂ ਇਹਦੇ ਸੱਟਾਂ ਵੱਜੀਆਂ ਨੇ ਉਹ ਕਿਤੇ ਨਾ ਕਿਤੇ ਕਿਸੇ ਅਧਿਕਾਰੀ ਦਾ ਹੱਥ ਹੈ ਵਿੱਚ। ਮੇਰਾ ਨਾਮ ਤਾਰ ਸਿੰਘ ਹੈ ਜੀ,
ਮੈਂ PWD ਫੀਲਡ ਐਂਡ ਵਰਕਸ਼ਾਪ ਯੂਨੀਅਨ ਦਾ ਬਰਨਾਲਾ ਬ੍ਰਾਂਚ ਦਾ ਪ੍ਰਧਾਨ ਹੈ ਜੀ। ਇਹ ਸਾਡੀ ਇੱਥੇ ਵਰਕਰ PWD ਆਪਣੇ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਵਿੱਚ ਜਗਜੀਵਨ ਕੁਮਾਰ ਜੀ ਪਿਛਲੇ ਤਕਰੀਬਨ 10 ਸਾਲ ਤੋਂ ਕੰਮ ਕਰਦੇ ਨੇ ਜੀ। ਨਹੀਂ ਰਾਤ ਦੀ ਡਿਊਟੀ ਹੁੰਦੀ ਆ ਦੁਸਹਿਰਾ ਗਰਾਊਂਡ ਦੇ ਵਿੱਚ 5 ਨੰਬਰ ਟਿਊਬਵੈੱਲ ਆਪਣਾ ਫਾਰਾ ਚੌਂਕ ਦੇ ਕੋਲ ਜੀ। ਉੱਥੇ ਪਿਛਲੇ ਲਗਾ 10 ਸਾਲ ਤੋਂ ਇਹ ਕੰਮ ਕਰ ਰਹੇ ਨੇ। ਰਾਤ ਦੀ ਇਹਨਾਂ ਦੀ ਡਿਊਟੀ ਹੁੰਦੀ ਆ, ਰਾਤ ਵੀ ਆਪਣੀ ਔਨ ਡਿਊਟੀ ਸੀਗੇ। ਡਿਊਟੀ ਦੌਰਾਨ ਇਹਨਾਂ 'ਤੇ ਰਾਤ ਨੂੰ ਆ ਕੇ ਕਿਸੇ ਨੇ ਇਹਨਾਂ 'ਤੇ ਹਮਲਾ ਕੀਤਾ, ਤੇਜ਼ ਤਰ ਹਥਿਆਰ ਨੇ ਇਹਨਾਂ ਦਾ ਕੰਨ ਕੱਟਿਆ ਗਿਆ, ਜਵਾੜਾ ਇਹਨਾਂ ਦਾ ਫ੍ਰੈਕਚਰ ਹੈ ਜੀ, ਅਤੇ ਇਹਨਾਂ ਦੀ ਬਾਂਹ ਤੋੜ ਦਿੱਤੀ ਗਈ ਆ, ਹੋਰ ਵੀ ਕਾਫੀ ਸੱਟਾਂ ਨੇ ਇਹਨਾਂ ਦੇ ਗੁੱਝੀਆਂ ਜੀ। ਅਤੇ ਇਹਨਾਂ ਦੀ ਇੱਕ ਸਕੂਟਰੀ ਸੀ, ਮੋਬਾਈਲ ਸੀ, ਉਹ ਵੀ ਉਹ ਖੋ ਕੇ ਲੈ ਗਏ ਜਿਹੜੇ ਹਮਲਾ ਕਰਨ ਵਾਲੇ ਗੁੰਡੇ ਸੀਗੇ ਜੀ। ਦੇਖਣਾ ਤਾਂ ਸਰ ਤੁਸੀਂ ਇਹ ਦੇਖੋ ਜੀ, ਡਿਪਟੀ ਦਫ਼ਤਰ ਦੀ ਕੰਧ ਦੇ ਨਾਲ ਜਦੋਂ ਇਹ ਵਾਰਦਾਤ ਹੋ ਗਈ, ਇੱਦੋਂ ਹੋਰ ਆਪਾਂ ਕਿੱਥੇ ਕਿਸੇ ਨੂੰ ਆਪਾਂ ਸੇਫ ਸਮਝ ਸਕਦੇ ਹਾਂ ਵੀ ਆਪਣਾ ਕੋਈ ਨਾਗਰਿਕ ਕਿੱਥੇ ਕੋਈ ਸੇਫ ਹੋਊਗਾ। ਬਹੁਤ ਵੱਡੀ ਘਟਨਾ ਜੀ। ਇਹਦੇ ਨਾਲ ਹੀ ਦੁੱਖਦਾਈ ਘਟਨਾ ਕਿ ਰਾਤ ਦੀ ਤਕਰੀਬਨ ਘਟਨਾ ਵਾਪਰੀ ਨੂੰ 8-9 ਘੰਟੇ ਹੋ ਗਏ, ਸਾਡੇ ਦਫ਼ਤਰ ਦਾ ਕੋਈ JEE ਕੋਈ SDO ਹਜੇ ਤੱਕ ਪਹੁੰਚਿਆ ਨੀਗਾ, ਨਾ ਪਤਾ ਲੈਣ ਪਹੁੰਚਿਆ, ਨਾ ਹੀ ਗਿਰਧਾਰੀਆਂ ਨੇ ਕੰਪਨੀ ਜਿਹੜੀ ਇੱਥੇ ਕੰਮ ਕਰ ਰਹੀ ਆ, ਨਾ ਉਹਨਾਂ ਦਾ ਹੀ ਕੋਈ ਇੱਥੇ ਵਰਕਰ ਅੱਜ ਤੱਕ ਇੱਥੇ ਆਇਆ ਜੀ। ਉਹ ਆਪਦੇ ਹਾਲ 'ਤੇ ਵਰਕਰ ਪਿਆ, ਸਾਡੇ ਵਰਕਰ ਪਹੁੰਚਿਆ ਜਥੇਬੰਦੀ, ਉਹਨਾਂ ਨੇ ਲਿਆ ਕੇ ਇੱਥੇ ਦਾਖਲ ਕਰਵਾਇਆ ਜੀ, ਉਹੀ ਹੁਣ ਤੱਕ ਦੇਖਭਾਲ ਕਰ ਰਹੇ ਆ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਅਤੇ ਜਿਹੜੇ ਅਧਿਕਾਰੀਆਂ ਨੇ ਹੁਣ ਤੱਕ ਇਸ ਮਸਲੇ 'ਤੇ ਗੌਰ ਨਹੀਂ ਕੀਤੀ ਸਾਡੇ ਦਫ਼ਤਰ ਦੇ ਜਾਂ ਪ੍ਰਸ਼ਾਸਨ ਦੇ, ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ, ਨਹੀਂ ਜਥੇਬੰਦੀ ਜਿਹੜਾ ਸੰਘਰਸ਼ ਕਰਨ ਲਈ ਮਜਬੂਰ ਹੋਊਗੀ। ਮੇਰਾ ਨਾਂ ASA ਅਵਤਾਰ ਸਿੰਘ ਹੈ। ਸਵੇਰੇ ਅੱਜ ਮੁਨਸ਼ੀ ਨੇ ਨੋਟ ਕਰਾਇਆ ਸੀਗਾ ਵੀ ਜਗਜੀਵਨ ਸਿੰਘ ਪੁੱਤਰ ਪ੍ਰੇਮ ਚੰਦ ਬਾਦਸ਼ੀ ਬਰਨਾਲਾ ਜਿਹੜਾ ਲੜਾਈ ਝਗੜਾ ਹੋਣ ਕਰਕੇ ਸਿਵਲ ਹਸਪਤਾਲ ਬਰਨਾਲਾ ਦਾਖਲ ਹੈ, ਜਿਸ 'ਤੇ ਮੈਂ ਸਮੇਤ ਪੁਲਿਸ ਪਾਰਟੀ ਦੇ ਸਿਵਲ ਹਸਪਤਾਲ ਬਰਨਾਲਾ ਗਿਆ ਸੀ, ਜਿੱਥੇ ਡਾਕਟਰ ਸਾਹਿਬ ਤੋਂ ਫਿੱਟ ਲੈ ਕੇ ਜਗਜੀਵਨ ਕੁਮਾਰ ਨੂੰ ਉਹਨਾਂ ਦਾ ਬਿਆਨ ਲਿਖਿਆ ਗਿਆ। ਬਿਆਨ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਕਰਾਂਗੇ, ਜੋ ਵੀ ਸਾਹਮਣੇ ਆਊਗਾ ਤੱਥਾਂ ਦੇ ਆਧਾਰ ਦੇ ਉੱਤੇ ਅਸੀਂ ਮੁਕੱਦਮਾ ਦਰਜ ਕਰਕੇ ਤਫਤੀਸ਼ ਕਰਾਂਗੇ। ਅਨਨੋਨ ਵਿਅਕਤੀਆਂ ਦੇ ਖਿਲਾਫ਼ ਇਹਨਾਂ ਨੇ ਬਿਆਨ ਲਿਖਾਇਆ ਗਾ, ਉਹਦੀ ਪੜਤਾਲ ਕਰਕੇ ਜੋ ਵੀ ਸਾਹਮਣੇ ਆਇਆ ਉਹਦੇ ਖਿਲਾਫ਼ ਟਰੇਸ ਕਰਕੇ ਮੁਕੱਦਮੇ ਨੂੰ ਅੱਗੇ ਤਫਤੀਸ਼ ਜਾਰੀ ਕਰਾਂਗੇ। ਇਹਦੇ ਬਾਰੇ ਉਹਨਾਂ ਨੇ ਕਿਹਾ ਵੀ ਰਾਤ ਕੋਈ ਸਾਡਾ ਸਕੂਟਰੀ 'ਤੇ ਪੈਸੇ ਅਤੇ ਮੋਬਾਈਲ ਵੀ ਕੋਈ ਲੈ ਗਿਆ ਜਿਹੜਾ ਬੰਦਾ ਆਇਆ ਸੀ, ਉਹਦੇ ਬਾਰੇ ਵੀ ਪੜਤਾਲ ਕਰਾਂਗੇ। ਹਾਂਜੀ ਹਾਂ, ਕੁੱਟਵਾਰਾ FIR ਦੇ ਰਿਹਾ, ਅੱਜ ਬਿਆਨ ਲਿਖ ਲਿਆ, FIR ਦੇ ਰਿਹਾ।